ਵੀ ਜਿਹਦਾ ਨੁਕਸਾਨ ਹੋਇਆ ਚਾਹੇ 5 ਰੁਪਈਆਂ ਦਾ ਉਹ ਸਰਕਾਰ ਨੂੰ ਦੇਣਾ ਪੈਣਾ। ਅੱਜ ਜਿਹੜੀ ਭਾਨੇ ਸਿੱਧੂ ਨੂੰ ਰਿਹਾਅ ਕਰਨ ਵਾਸਤੇ ਇੱਕ ਮੀਟਿੰਗ ਰੱਖੀ ਗਈ ਸੀ ਰਾਮਪੁਰਾ ਫੂਲ ਦੇ ਵਿੱਚ, ਉਹਦੇ ਵਿੱਚ ਸਾਡੇ ਸਰਪੰਚ ਸਾਹਿਬ ਕੋਟਦੂਨੇ ਦੇ ਮੌਜੂਦ ਸੀ ਤੇ ਬੁੱਗਰਾਂ ਦੇ ਸਰਪੰਚ ਸਾਹਿਬ ਮੌਜੂਦ ਸੀ। ਇਹਨਾਂ ਨੂੰ ਆਪਾਂ ਇਹ ਪੁੱਛ ਲੈਂਦੇ ਹਾਂ ਵੀ ਮੀਟਿੰਗ ਕਿੱਥੇ ਜੇ ਜਾ ਕੇ ਖਤਮ ਹੋਈ ਹੈ, ਕੌਣ ਕੌਣ ਉਹਦੇ ਵਿੱਚ ਸਰਪੰਚ ਸਾਹਿਬ, ਇੱਕ ਤਾਂ ਇਹ ਦੱਸ ਦਿਓ ਵੀ ਇਹ ਮੀਟਿੰਗ ਰਾਮਪੁਰਾ ਫੂਲ ਦੇ ਵਿੱਚ ਹੋਈ ਸੀ। ਹਾਂਜੀ, ਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਮੰਨ ਲਓ ਚਲੋ ਵੀ ਜਥੇਬੰਦੀਆਂ ਆਪਣੀਆਂ ਹੈਗੀਆਂ ਸੀ ਕਿਸਾਨ ਆਗੂ? ਸਾਰੀਆਂ ਜਥੇਬੰਦੀਆਂ ਆਈਆਂ ਸੀ ਉੱਥੇ। ਠੀਕ ਹੈ, ਠੀਕ ਹੈ, ਲੰਬਾਈ ਲੱਖਾਂ ਸੀ, ਕਾਕੇ ਵਰਗੇ ਸਾਰੇ ਸੀਗੇ। ਤੇ ਪੁਲਿਸ ਦੇ ਕਿਹੜੇ ਕਿਹੜੇ ਉੱਚ ਅਧਿਕਾਰੀ ਸੀ ਉੱਥੇ? SSP ਸਾਹਿਬ ਸੀਗੇ ਆਪਣੇ ਬਰਨਾਲਾ, ਬਠਿੰਡੇ ਵਾਲੇ, ਬਠਿੰਡੇ ਵਾਲੇ ਹਾਂ, ਉਹਨਾਂ ਦੀ ਜਿਹੜੀ ਹੈਗਾ ਉਹਨਾਂ ਦੇ ਸਿਸਟਮ ਉਹਨਾਂ ਦੇ ਹੱਥ 'ਚ ਹੀ ਹੈ ਸਾਰਾ ਕੁਝ। ਠੀਕ ਹੈ, ਬਠਿੰਡੇ ਵਾਲੇ SSP ਸਾਹਿਬ ਦੇ ਹੱਥ 'ਚ ਹੈ ਸਾਰਾ? ਹਾਂ, ਜਿਹੜਾ ਫੈਸਲਾ ਲੈਣਾ ਉਹਨਾਂ ਆਪਦਾ ਆਪ ਹੀ ਲੈਣਾ। ਠੀਕ ਹੈ, ਇਹ ਮੀਟਿੰਗ ਕਿੰਨੇ ਵਜੇ ਅੱਜ ਸ਼ੁਰੂ ਹੁੰਦੀ ਹੈ, ਕਿੰਨੇ ਵਜੇ ਖਤਮ ਹੁੰਦੀ ਹੈ? ਇਹ 11 ਵਜੇ ਮੀਟਿੰਗ ਚੱਲੀ ਸੀ, 11:30 ਵਜੇ 12 ਵਜੇ ਤੱਕ ਚੱਲੀ ਗਈ ਹੈ। ਠੀਕ ਹੈ, ਸਾਡੀ ਬਸ ਇੱਕੋ ਹੀ ਮੰਗ ਹੈ, ਪਰਚੇ ਰੱਦ 22 ਵਾਰ। ਠੀਕ ਹੈ, ਇਹ ਮੰਨ ਕੇ ਚਲੋ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ, ਇਹ ਮੀਟਿੰਗ ਪੁਲਿਸ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਸੀ ਸਾਰਿਆਂ ਨੂੰ, ਜਾਂ ਇਹਨਾਂ ਨੇ ਆਪ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਸਾਡੇ ਨਾਲ ਗੱਲਬਾਤ ਕਰੋ? ਰਲ ਮਿਲ ਕੇ ਹੋਈ ਆ ਸਾਰੀ ਗੱਲਬਾਤ, ਵੀ ਇੱਕ ਆਪਾਂ ਮੀਟਿੰਗ ਰੱਖ ਲੈਂਦੇ ਹਾਂ, ਉਹ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ। ਠੀਕ ਹੈ, ਵੀ ਅੱਜ ਅਸੀਂ ਅਪਡੇਟ ਤਾਂ ਨਹੀਂ ਦੇ ਰਹੇ ਕੋਈ ਵੀ, 10 ਤਰੀਕ ਅੱਜ 10 ਤਰੀਕ ਚੱਲਣੀ ਆ 12 ਵਜੇ ਤੱਕ। ਠੀਕ ਹੈ, ਠੀਕ ਹੈ, 12 ਵਜੇ ਤੱਕ ਆਪਾਂ 10 ਤਰੀਕ ਦਾ ਇਹਨਾਂ ਨੇ ਆਪਾਂ ਨੂੰ ਯਕੀਨ ਦਵਾਇਆ ਹੋਇਆ, ਭਰੋਸਾ ਦਵਾਇਆ ਹੋਇਆ, ਲਿਖਤੀ ਰੂਪ 'ਚ ਦਿੱਤਾ ਹੋਇਆ। ਆਪਾਂ ਦੇਖਦੇ ਹਾਂ ਪ੍ਰਸ਼ਾਸਨ ਕੀ ਕਰਦਾ, ਸਰਕਾਰ ਕੀ ਕਰਦੀ ਆ। ਸਾਰੇ ਜਿਹੜੇ ਲੋਕ ਪਸੰਦ ਨੇ ਆਪਣੇ ਆਪਣੇ ਨਾਲ ਲੋਕ ਇਨਸਾਫ ਜਿਹੜੇ ਆਪਣੇ ਪਬਲਿਕ ਹੈਗੀ ਆ, ਉਹਨਾਂ ਨੂੰ ਬੇਨਤੀ ਹੈ ਸਾਡੇ ਨਾਲੋਂ ਤੁਹਾਡੇ ਦਿਲਾਂ ਦੇ ਵਿੱਚ ਵੱਧ ਰਹਿਮ ਹੈ। ਬਿਲਕੁਲ, ਕਿਉਂ ਅਸੀਂ ਤਾਂ ਇੱਥੇ ਦੇਖੀ ਜਾਂਦੇ ਹਾਂ, ਸਾਨੂੰ ਪਤਾ ਵੀ ਤੁਹਾਨੂੰ ਬੈਠਣਾ ਬਹੁਤ ਮੁਸ਼ਕਿਲ ਹੋਇਆ ਪਿਆ, ਪਰ ਜਿਹੜੀ ਵੀ ਅਪਡੇਟ ਹੋਊਗੀ ਅਸੀਂ ਨਾਲ ਦੀ ਨਾਲ ਦਿੰਦੇ ਰਹਾਂਗੇ। ਅਤੇ ਇੱਕ ਚੀਜ਼ ਇਹ ਦੱਸੋ ਵੀ ਇਹ ਜਿਹੜੀ ਮੀਟਿੰਗ ਚੱਲੀ ਸੀ ਇਹਦੇ ਵਿੱਚ ਇੱਕ ਤਾਂ ਭਾਨੇ ਸਿੱਧੂ ਦੀ ਰਿਹਾਈ ਪਰਚੇ ਰੱਦ ਹੋ ਗਏ, ਦੂਸਰਾ ਇਹਦੇ ਵਿੱਚ ਇਹ ਵੀ ਰੱਖਿਆ ਸੀ ਵੀ ਜਿਹੜਾ ਧਨੌਲੇ ਨਜਾਇਜ਼ ਪਰਚੇ ਹੋਏ ਨੇ ਬੰਦੇ, ਤਾਂ ਉਹਦੇ ਬਾਰੇ ਕੋਈ ਗੱਲਬਾਤ ਹੋਈ ਹੈ ਇਸ ਮੀਟਿੰਗ 'ਚ? ਦੇਖੋ, ਸਾਰੇ ਪੰਜਾਬ ਨੂੰ ਪਤਾ ਵੀ ਜਿਹੜੇ ਜਿਹੜੇ ਝੂਠੇ ਪਰਚੇ ਦਿੱਤੇ ਨੇ ਅਸੀਂ ਇਹੀ ਪੱਖ ਰੱਖਿਆ ਹੋਇਆ ਵੀ ਸਾਰੇ ਰੱਦ ਕਰੋ, 22 ਨੂੰ ਬਾਹਰ ਕੱਢੋ। ਅਤੇ ਤੀਸਰਾ ਕੋਈ ਹੋਰ ਇਹ ਵੀ ਗੱਲ ਹੋਈ ਹੈ ਵੀ ਜੇ ਕਿਸੇ ਦੇ ਉੱਥੇ ਕੈਮਰੇ ਕੁਮਰੇ ਫੁੱਟੇ ਨੇ ਜਾਂ ਜੋ ਵੀ ਇਹਦੇ ਵਿੱਚ ਹੋਇਆ ਵੀ ਉਹਦੀ ਭਰਪਾਈ ਸਰਕਾਰ ਕਰੂਗੀ? ਹਾਂ, ਇਹ ਮੰਗ ਰੱਖੀ ਆ, ਇਹ ਪਹਿਲ ਦੇ ਆਧਾਰ 'ਤੇ ਰੱਖੀ ਆ ਵੀ ਜਿਹਦਾ ਨੁਕਸਾਨ ਹੋਇਆ ਚਾਹੇ 5 ਰੁਪਈਆਂ ਦਾ ਉਹ ਸਰਕਾਰ ਨੂੰ ਦੇਣਾ ਪੈਣਾ। ਹੁਣ ਪੂਰੀ ਜਿਹੜੀ ਮੀਟਿੰਗ ਉੱਥੇ ਹੋਈ ਸੀ ਉਹਦਾ ਸਿੱਟਾ ਨਤੀਜਾ ਕੀ ਨਿਕਲਿਆ, ਆਖਰ ਨੂੰ ਉਹਨਾਂ ਨੇ ਤੁਹਾਨੂੰ ਜਵਾਬ ਦੇ ਕੇ ਕੀ ਭੇਜਿਆ? ਦੇਖੋ ਜੀ, ਅੱਜ 10 ਤਰੀਕ ਹੈ, 10 ਤਰੀਕ ਚੱਲਣੀ ਆ, ਮੈਂ ਵਾਰ ਵਾਰ ਕਹਿੰਦਾ ਵੀ 10 ਤਰੀਕ ਚੱਲਣੀ ਆ 12 ਵਜੇ ਤੱਕ, 12 ਵਜੇ ਤੋਂ ਅਪਡੇਟ ਗਾਹਾਂ ਕੀ ਬਣੂਗਾ ਉਹ ਗਾਹਾਂ ਦੇਖਿਆ ਜੋ, ਪਹਿਲਾਂ ਅੱਜ 10 ਤਰੀਕ ਨੂੰ ਉਡੀਕ ਰਹੇ ਹਾਂ। ਉਹਨਾਂ ਨੇ ਇਹੀ ਕਿਹਾ ਵੀ 10 ਤਰੀਕ ਤੱਕ ਤੁਸੀਂ ਪੂਰੀ ਹੋਣ ਤੱਕ ਇੰਤਜ਼ਾਰ ਕਰੋ। ਹਾਂ, ਠੀਕ ਹੈ, ਤੁਸੀਂ ਆਪਣੀਆਂ ਮੰਗਾਂ ਸਾਰੀਆਂ ਅੱਜ ਰੱਖਤੀਆਂ। ਠੀਕ ਹੈ, ਤੇ ਸਰਪੰਚ ਸਾਹਿਬ ਤੁਸੀਂ ਇੱਕ ਚੀਜ਼ ਦੱਸੋ ਜੀ, ਜੇ ਮੰਨ ਕੇ ਚੱਲੋ ਪ੍ਰਸ਼ਾਸਨ ਜਾਂ ਸਰਕਾਰ ਕਿਤੇ ਨਾ ਕਿਤੇ ਇਹ ਚੀਜ਼ ਤੋਂ ਤਿਲਕਦੀ ਹੈ ਜਾਂ ਹੈ ਨਾ ਕੋਈ ਐਵੇਂ ਦਾ ਹੁੰਦਾ ਵੀ ਅੱਜ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ, ਫਿਰ ਅੱਗੇ ਦੀ ਕੋਈ ਕਿਰਿਆ ਕੋਈ ਸ਼ੁਰੂ ਕਰੀ ਹੈ ਜਾਂ ਹਲੇ ਉਹਦੇ ਬਾਰੇ ਕੋਈ ਵਿਚਾਰ ਨਹੀਂ ਹੋਇਆ? ਜੇ ਸਰਕਾਰ ਤੇ ਪ੍ਰਸ਼ਾਸਨ ਇਸ 10 ਤਰੀਕ ਮਿਤੀ ਦੇ ਉੱਤੇ ਪੂਰਾ ਨਹੀਂ ਉਤਰਦੇ, ਇਸ ਤੋਂ ਬਾਅਦ ਕਿਤੇ ਕਿਸੇ ਜਥੇਬੰਦੀ ਨੇ ਜਾਂ ਕਿਸੇ ਵੀ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੇ ਜਾਂ ਕਿਸੇ ਅਫਸਰ ਤੇ ਯਕੀਨ ਨਹੀਂ ਕਰਨਾ ਇਸ ਗੱਲ ਦਾ। ਬਿਲਕੁਲ, ਠੀਕ ਹੈ ਜੀ, ਜੇ ਸਰਕਾਰ ਇਸ ਮੁੱਦੇ ਤੋਂ ਭੱਜਦੀ ਹੈ ਇਸ ਤੋਂ ਬਾਅਦ ਕਦੇ ਵੀ ਵਿਸ਼ਵਾਸ ਨਹੀਂ ਕਰਨਗੇ ਲੋਕ। ਫਿਰ ਇਹ ਹੈ ਮੰਨ ਕੇ ਚੱਲੋ ਵੀ ਹਲੇ 10 ਤਰੀਕ ਦਾ ਇੱਕ ਵਾਰੀ ਸਾਰੀ ਜਥੇਬੰਦੀਆਂ ਇੰਤਜ਼ਾਰ ਕਰਨਗੀਆਂ, ਉਸ ਤੋਂ ਬਾਅਦ ਅੱਗੇ ਦੀਆਂ ਸੋਚਣਗੀਆਂ ਵੀ ਹੁਣ ਆਪਾਂ ਕਰਨਾ ਕੀ ਹੈ। ਬਿਲਕੁਲ, ਅਗਲੇ ਪ੍ਰੋਗਰਾਮ ਅੱਜ ਆਪਣਾ 12 ਵਜੇ ਤੱਕ ਰਾਤ ਦੇ ਤੱਕ ਡਿਬੇਟ ਕਰਾਂਗੇ, ਉਸ ਤੋਂ ਬਾਅਦ ਅਗਲਾ ਜਥੇਬੰਦੀਆਂ ਜਿਵੇਂ ਪ੍ਰੋਗਰਾਮ ਲਿਖਣਗੀਆਂ ਤੇ ਆਪਾਂ ਉਹਨਾਂ ਦੇ ਨਾਲ, ਲੋਕ ਵੀ ਨਾਲ ਨੇ। ਤੇ ਸਰਪੰਚ ਸਾਹਿਬ, ਜਿਹੜੇ ਲੋਕ ਮੰਨ ਕੇ ਚੱਲੋ ਭਾਨੇ ਦੇ ਘਰ ਵੱਲ ਨੂੰ ਆ ਰਹੇ ਨੇ ਜਾਂ ਕਈਆਂ ਨੂੰ ਆਏ ਵੀ ਆਪਾਂ ਧਨੌਲੇ ਇਕੱਠੇ ਹੋਈਏ ਜਾਂ ਕਿਤੇ, ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਬਈ ਹੱਥ ਬੰਨ ਕੇ ਬੇਨਤੀ ਕਰਦਾ, ਜਦੋਂ ਸਾਡੇ ਲਵੇ ਕੋਈ ਵੀ ਗੱਲਬਾਤ ਆਊਗੀ ਅਸੀਂ ਨਾਲ ਦੀ ਨਾਲ ਹੀ ਉਹਦੀ ਨਾਲ ਦੀ ਨਾਲ ਗਰੁੱਪਾਂ 'ਚ ਪਾਵਾਂਗੇ। ਉਹਨਾਂ 'ਚ ਇੱਕ ਬਾਈ ਬਣ ਕੇ ਸ਼ਾਂਤੀ ਬਣਾ ਕੇ ਰੱਖੋ, ਘਰਾਂ 'ਚ ਰਹੋ, ਠੀਕ ਹੈ। ਜੇ ਉੱਥੇ ਆਪਾਂ ਇਕੱਠੇ ਇਕੱਠ ਕਰ ਲਿਆ ਉਹਦਾ ਵੀ ਕੋਈ ਫਾਇਦਾ ਨਹੀਂ, ਠੀਕ ਹੈ। ਅਸੀਂ ਆਪ ਇੱਧਰੋਂ ਜਦੋਂ ਸੁਨੇਹਾ ਦਿੱਤਾ ਉਦੋਂ ਤੁਰਿਓ, ਤੁਸੀਂ ਉਹਨਾਂ 'ਚ ਆਪਦਾ ਆਰਾਮ ਨਾਲ ਕੋਈ ਕੰਮ ਕਰ ਲਓ, ਠੀਕ ਹੈ, ਸ਼ਾਂਤੀ ਮਾਹੌਲ ਬਣਾ ਕੇ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਦੇਰ ਨਹੀਂ ਲੱਗਦੀ, ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ, 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਲਵ ਮੈਰਿਜ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਦਾ ਖਾਤਮਾ, ਪਤੀ ਪਤਨੀ 'ਚ ਝਗੜਾ, ਤਲਾਕ ਕੇਸ, ਵਿਦੇਸ਼ 'ਚ ਪੱਕੇ ਹੋਣਾ, ਕਰਜ਼ਾ ਮੁਕਤੀ, ਔਲਾਦ।